ਆਪ ਬੱਚਿਆਂ ਨੂੰ ਜਵਾਕਾਂ ਨੂੰ ਮੋਟਰਸਾਈਕਲ ਤੇ ਹੋਰ ਵਾਹਨ ਦੇਣ ਵਾਲੇ ਮਾਪੇ ਹੁਣ ਸੁਚੇਤ ਹੋ ਜਾਣ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾ ਸਕਦਾ ਹੈ ਤਾਂ ਇਹ ਵੱਡਾ ਐਲਾਨ ਹੋ ਗਿਆ ਹੈ ਬੱਚਿਆਂ ਨੂੰ ਹੁਣ ਜੇਕਰ ਕਿਸੇ ਮਾਪੇ ਨੇ ਮੋਟਰਸਾਈਕਲ ਜਾਂ ਚਾਰ ਪਹੀਆ ਵਾਹਨ ਦਿੱਤਾ ਜਵਾਕਾਂ ਨੂੰ ਤਾਂ ਉਹਨਾਂ ਦੇ ਉੱਤੇ ਐਕਸ਼ਨ ਹੋ ਸਕਦਾ ਹੈ ਉਹਨਾਂ ਨੂੰ 3 ਸਾਲ ਦੀ ਸਜ਼ਾ ਤੇ 25000 ਦਾ ਜੁਰਮਾਨਾ ਹੋ ਸਕਦਾ ਹੈ ਟਾਈ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਆਪਣੇ ਜਵਾਕਾਂ ਨੂੰ ਤੁਸੀਂ ਵੀ ਮੋਟਰਸਾਈਕਲ ਜਾਂ ਹੋਰ ਵਾਹਨ ਦਿਨੇ ਹੋ ਚਲਾਨ ਲਈ ਤਾਂ ਸਾਵਧਾਨ ਹੋ ਜਾਓ ਹੁਣ ਤੁਹਾਡੇ ਦੇ ਉੱਪਰ ਐਕਸ਼ਨ ਹੋ ਸਕਦਾ ਹੈ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਣ ਲੋ ਇਹ ਪੂਰੀ ਜਾਣਕਾਰੀ ਧਿਆਨ ਦੇ ਨਾਲ ਜੇਕਰ ਕਿਸੇ ਵੀ ਮਾਪੇ ਨੇ ਆਪਣੇ ਬੱਚਾ ਨੂੰ ਮੋਟਰਸਾਈਕਲ ਜਾਂ ਹੋਰ ਕੋਈ ਵਾਹਨ ਦਿੱਤਾ ਤਾਂ ਉਹਨਾਂ ਦੇ ਉੱਤੇ ਐਕਸ਼ਨ ਹੋ ਸਕਦਾ ਹੈ 3 ਸਾਲ ਦੀ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ 25000 ਰੁਪਏ ਦਾ ਜੁਰਮਾਨਾ ਬਹੁਤ ਵੱਡੀ ਖਬਰ ਸੁਣ ਲੋ ਪੂਰੀ ਜਾਣਕਾਰੀ ਤੁਹਾਨੂੰ ਦੱਸ ਰਹੇ ਹਾਂ ਕਿ ਹੁਣ ਜਵਾਕਾਂ ਨੂੰ ਮੋਟਰਸਾਈਕਲ ਚਲਾਉਣ ਲਈ ਨਾ ਦਿਓ ਨਾ ਹੀ ਕੋਈ ਵਾਹਨ ਦਿਓ ਨਹੀਂ ਤਾਂ ਐਕਸ਼ਨ ਹੋ ਸਕਦਾ ਹੈ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ 25000 ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਤਾਨੂੰ ਹੋ ਸਕਦੀ ਹੈ ਤਾਂ ਇਹ ਜਾਣਕਾਰੀ ਬੇਹਤ ਵੱਡੀ ਖਬਰ ਆ ਰਹੀ ਹੈ ਮਾਉਨਾ ਮਾਪਿਆਂ ਦੇ ਲਈ ਹੈ ਜਿਹੜੇ ਜਵਾਕਾਂ ਨੂੰ ਵਾਹਨ ਦਿੰਦੇ ਨੇ ਚਲਾਉਣ ਲਈ ਬੱਚੇ ਵੀ ਜਿੱਦ ਕਰਦੇ ਨੇ ਕਿ ਅਸੀਂ ਵਾਹਨ ਤੇ ਹੀ ਸਕੂਲ ਜਾਵਾਂਗੇ ਜਾਂ ਕੋਲੇਜ ਜਾਵਾਂਗੇ ਤਾਂ ਹੁਣ ਸੁਚੇਤ ਹੋ ਜਾਓ ਬੱਚਿਆਂ ਨੂੰ ਮੋਟਰਸਾਈਕਲ ਨਾ ਦਿਓ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਹੋ ਸਕਦਾ ਹੈ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ ਤਾਂ ਕਾਰਵਾਈ ਹੋਵੇਗੀ 25000 ਰੁਪਏ ਦਾ ਜੁਰਮਾਨਾ ਜੇਕਰ ਤੁਸੀਂ ਜਵਾਕਾਂ ਨੂੰ ਮੋਟਰਸਾਈਕਲ ਦਿੱਤਾ ਜਾਂ ਕੋਈ ਹੋਰ ਵਾਹਨ ਚਲਾਨ ਨੂੰ ਦਿੱਤਾ ਤਾਂ ਤੁਹਾਡੇ ਤੇ ਐਕਸ਼ਨ ਹੋ ਸਕਦਾ ਹੈ ਦੱਸ ਦਈਏ ਕਿ 3 ਸਾਲ ਦੀ ਸਜ਼ਾ ਤੇ 25000 ਰੁਪਏ ਦਾ ਜੁਰਮਾਨਾ ਕੋਈ ਵੀ ਹੋਵੇ ਜੇਕਰ ਕੋਈ ਕਿਸੇ ਨੂੰ ਵਾਹਨ ਦਿੰਦਾ ਹੈ ਜਵਾਕ ਨੂੰ ਤਾਂ ਉਸ ਦੇ ਉੱਤੇ ਐਕਸ਼ਨ ਹੋਵੇਗਾ ਉਹ ਚਾਹੇ ਮਾਪੇ ਹੋਣ ਚਾਹੇ ਦੋਸਤ ਹੋਣ ਚਾਹੇ ਹੋਰ ਕੋਈ ਸੱਜਣ ਮਿੱਤਰ ਜੇਕਰ ਕੋਈ ਜਵਾਕਾਂ ਨੂੰ ਵਾਹਨ ਦੇਵੇਗਾ ਤਾਂ ਉਹਨਾਂ ਦੇ ਉੱਪਰ ਐਕਸ਼ਨ ਲਿਆ ਜਾਵੇਗਾ ਤੇ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਇਸ ਦੇ ਨਾਲ ਹੀ ਹੁਣ 25 ਸਾਲ ਦੀ ਉਮਰ ਤੋਂ ਬਾਅਦ ਹੀ ਲਾਇਸੈਂਸ ਵੀ ਬਣੇਗਾ ਇਹ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਰਹੇ ਹਾਂ ਜੇਕਰ ਮਾਪੇ ਜਵਾਕਾਂ ਨੂੰ ਮੋਟਰਸਾਈਕਲ ਜਾਂ ਹੋਰ ਕੋਈ ਵਾਹਨ ਚਲਾਉਣ ਨੂੰ ਦੇਣਗੇ ਤਾਂ ਉਹਨਾਂ ਦੇ ਉੱਤੇ ਐਕਸ਼ਨ ਹੋਵੇਗਾ ਤੇ ਦੂਸਰਾ 25 ਸਾਲ ਦੀ ਉਮਰ ਤੋਂ ਬਾਅਦ ਹੁਣ ਲਾਇਸੈਂਸ ਬਣੇਗਾ ਇਹ ਪੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਧਿਆਨ ਨਾਲ ਸੁਣ ਲੈਣੋ ਮਾਪੇ ਜਿਹੜੇ ਆਪਣੇ ਜਵਾਕਾਂ ਨੂੰ ਵਾਹਨ ਦਿੰਦੇ ਨੇ ਚਲਾਉਣ ਲਈ ਤਾਂ ਉਹ ਧਿਆਨ ਨਾਲ ਸਾਵਧਾਨ ਹੋ ਜਾਣ ਨਹੀਂ ਤਾਂ ਉਹਨਾਂ ਦੇ ਉੱਪਰ ਐਕਸ਼ਨ ਹੋਵੇਗਾ ਕਾਰਵਾਈ ਹੋਵੇਗੀ 3 ਸਾਲ ਦੀ ਸਜ਼ਾ ਹੋਵੇਗੀ ਤੇ 25000 ਰੁਪਏ ਦਾ ਜੁਰਮਾਨਾ ਹੋਵੇਗਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਜੁਪੀ ਸਰਕਾਰ ਨੇ ਐਲਾਨ ਕੀਤਾ ਹੈ ਦੱਸ ਦਈਏ ਕਿ ਜੁਪੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਤਾਂ ਹੁਣ 25000 ਰੁਪਏ ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋਵੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਦੇ ਨਾਲ ਹੀ 25 ਸਾਲ ਤੋਂ ਬਾਅਦ ਹੀ ਹੁਣ ਡਰਾਈਵਿੰਗ ਲਾਇਸੈਂਸ ਬਣੇਗਾ ਦੱਸ ਦਈਏ ਕਿ ਬੱਚੇ ਜਵਾਕ ਹੁੰਦੇ ਨੇ ਜਿੱਦ ਕਰਦੇ ਨੇ ਸਕੂਲ ਜਾਣ ਲਈ ਜਾਂ ਜਾਂ ਕਾਲਜ ਜਾਣ ਲਈ ਕਿਸਾਨ ਨੂੰ ਮੋਟਰਸਾਈਕਲ ਚਾਹੀਦਾ ਹੈ ਸੀ ਗੱਡੀ ਤੇ ਜਾਵਾਂਗੇ ਹੁਣ ਉਹ ਮਾਪੇ ਸੁਚੇਤ ਹੋ ਜਾਣ ਜੇਕਰ ਬੱਚਿਆਂ ਨੂੰ ਤੁਸੀਂ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਦਿੱਤਾ ਤਾਂ ਤੁਹਾਡੇ ਤੇ ਐਕਸ਼ਨ ਹੋਵੇਗਾ ਕਾਰਵਾਈ ਹੋਵੇਗੀ 3 ਸਾਲ ਦੀ ਸਜ਼ਾ ਹੋਵੇਗੀ ਤੇ 25000 ਰੁਪਏ ਦਾ ਜੁਰਮਾਨਾ ਹੋਵੇਗਾ ਵੱਡੀ ਖਬਰ ਇਸ ਵੇਲੇ ਦੀ ਤਾਂ ਇਸ ਦੇ ਨਾਲ ਹੀ 25 ਸਾਲ ਦੀ ਉਮਰ ਤੋਂ ਬਾਅਦ ਹੀ ਹੁਣ ਡਰਾਈਵਿੰਗ ਲਾਇਸੈਂਸ ਬਣੇਗਾ ਜੇਕਰ ਕੋਈ ਨਵਾਲਗ ਸੜਕ ਦੇ ਉੱਤੇ ਵਾਹਨ ਚਲਾੰਦਾ ਫੜਿਆ ਗਿਆ ਤਾਂ ਜਿਸ ਕਿਸੇ ਦਾ ਵੀ ਉਹ ਵਾਹਨ ਹੋਵੇਗਾ ਜੋ ਮਾਲਕ ਹੋਵੇਗਾ ਉਸ ਦੇ ਉੱਤੇ ਕਾਰਵਾਈ ਹੋਵੇਗੀ ਐਕਸ਼ਨ ਲਿਆ ਜਾਵੇਗਾ ਤਾਂ ਦੱਸ ਦਈਏ ਕਿ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਲਗਾਤਾਰ ਕਈ ਮਾਮਲੇ ਸਾਹਮਣੇ ਆ ਰਹੇ ਨੇ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਨੇ ਬੱਚਿਆਂ ਵੱਲੋਂ ਜਦੋਂ ਡਰਾਈਵ ਕੀਤੀ ਜਾਂਦੀ ਹੈ ਉਹ ਚੰਗੇ ਤਰੀਕੇ ਨਾਲ ਚਲਾ ਨਹੀਂ ਪਾਉਂਦੇ ਤਾਂ ਹਾਸਿਆ ਦਾ ਕਾਰਨ ਬਣ ਜਾਂਦੇ ਨੇ ਜਿਸ ਕਾਰਨ ਵੱਡੇ ਹਾਸੇ ਵਾਪਰ ਰਹੇ ਨੇ ਤਾਂ ਇਸ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਯੂਪੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਉਹ ਜਵਾਕਾਂ ਨੂੰ ਤੁਸੀਂ ਵਾਹਨ ਨਾ ਚਲਾਣ ਨੂੰ ਦਿਓ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਹੋ ਜਾਵੇਗਾ ਕਾਰਵਾਈ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ 3 ਸਾਲ ਦੀ ਸਜ਼ਾ ਹੈ ਤੇ 25000 ਰੁਪਏ ਦਾ ਜੁਰਮਾਨਾ ਤਾਂ ਜੁਪੀ ਸਰਕਾਰ ਨੇ ਐਲਾਨ ਕੀਤਾ ਹੈ ਵੱਡੀ ਖਬਰ ਇਸ ਵੇਲੇ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਦੇ ਨਾਲ ਹੀ 25 ਸਾਲ ਦੀ ਉਮਰ ਤੋਂ ਬਾਅਦ ਹੀ ਹੁਣ ਡਰਾਈਵਿੰਗ ਲਾਇਸੈਂਸ ਬਣੇਗਾ ਕਿਉਂਕਿ ਲਗਾਤਾਰ ਹਾਸੇ ਵਾਪਰ ਰਹੇ ਨੇ ਤਾਂ ਇਹ ਵੱਡਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ ਕਿਉਂਕਿ ਕਈ ਹਾਸ ਸਾਹਮਣੇ ਆ ਚੁੱਕੇ ਨੇ ਮਾਮਲੇ ਕਿ ਬੱਚੇ ਜਵਾਕ ਜਦੋਂ ਚਲਾਉਂਦੇ ਨੇ ਉਹ ਸਹੀ ਤਰੀਕੇ ਨਾਲ ਵਾਹਨ ਨਹੀਂ ਚਲਾ ਪਾਉਂਦੇ ਹਾਸਿਆਂ ਦਾ ਕਾਰਨ ਬਣ ਜਾਂਦੇ ਨੇ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕੋਈ ਵੀ ਹੁਣ ਮਾਪੇ ਆਪਣੇ ਬੱਚਿਆਂ ਨੂੰ ਨਾ ਦਿਓ ਮੋਟਰਸਾਈਕਲ ਵਾਹਨ ਨਹੀਂ ਤਾਂ ਉਹਨਾਂ ਤੇ ਐਕਸ਼ਨ ਹੋ ਜਾ ਹੋ ਸਕਦਾ ਹੈ ਕਾਰਵਾਈ ਹੋ ਸਕਦੀ ਹੈ ਤੇ ਇੱਕ ਵਾਰ ਫੇਰ ਦੱਸ ਦਈਏ ਯੂਪੀ ਸਰਕਾਰ